ਅਤੇ ਮਨ ਹੁਣ ਖਿੱਚਿਆ ਸਤਿਗੁਰਾਂ ਦੇ ਜਦੋਂ ਉਹ ਨੂਰਾਨੀ ਅਤੇ ਉਹ ਇਲਾਹੀ ਜੋਤ ਵੇਖੀ ਅਤੇ ਫਿਰ ਪ੍ਰਤਾਪ ਜਿਹੜਾ ਚਿਹਰੇ ਦਾ ਉਹ ਚੱਲਿਆ ਨਹੀਂ ਗਿਆ, ਜਾ ਕੇ ਅਤੇ ਗੋਦੀ 'ਚ ਪਾ ਕੇ ਬੱਚੇ ਨੂੰ ਆਪਣੇ, ਅਤੇ ਫਿਰ ਬਹਿ ਗਈਏ ਸਤਿਗੁਰਾਂ ਦੇ ਸਾਹਮਣੇ ਜਾ ਕੇ ਹੁਣ ਆਪਣੀ ਵਿਥਾ ਦੱਸਣ ਲੱਗੀਏ। ਕੀ ਕਹਿੰਦੀਏ? ਉਹ ਜੀ ਇੱਕ ਨਾਂ ਦੇ ਘਰ ਸੱਤ ਸੱਤ ਪੁੱਤ ਖੇਡਦੇ ਨੇ, ਇੱਕ ਨਾਂ ਦੇ ਘਰ ਸੱਤ ਸੱਤ ਪੁੱਤ ਖੇਡਦੇ ਨੇ, ਸੰਸਾਰਿਆ ਬੁਝਾ ਸੰਸਾਰਿਆ, ਇੱਕ ਦੇ ਇਸ਼ਾਰੇ ਸਭ ਕੰਮ ਹੋਵਦੇ ਨੇ, ਇੱਕ ਦੇ ਇਸ਼ਾਰੇ ਸਭ ਕੰਮ ਹੋਵਦੇ ਨੇ, ਉਹ ਇੱਕ ਦਿਨ ਸੁਣੇ ਭਾਵੇਂ ਕੋਲੋਂ ਵਾਜਾ ਮਾਰਦਾ, ਕੋਲੋਂ ਵਾਜਾ ਮਾਰਦਾ, ਸਾਧੂਆਂ ਦੇ ਰੋਜ਼ ਜਾ ਜਾ ਬੈਠਦੇ ਨੇ, ਇੱਕ ਕੋਲ ਸਾਧੂਆਂ ਦੇ ਰੋਜ਼ ਜਾ ਜਾ ਬੈਠਦੇ ਨੇ, ਉਹ ਇੱਕ ਨਾਲ ਘਰ ਬੈਠੇ ਮੌਜ ਤੇ ਬਹਾਰਿਆ, ਮੌਜ ਤੇ ਬਹਾਰਿਆ, ਸਤਿਗੁਰਾਂ ਅੱਗੇ ਹੱਥ ਜੋੜੇ ਨੇ, ਅਥਰੂ ਨਿਕਲਣ ਡਏ ਨੇ ਅਤੇ ਮਨ ਜਿਹੜਾ ਹੁਣ ਫਪਕਣ ਡਿਆ। ਆਉਂਦੀ ਕਹਿੰਦੀ ਹੈ ਵੀ ਇੱਕ ਨਾ ਦੇ ਘਰ ਸੱਤ ਸੱਤ ਪੁੱਤ ਖੇਡਦੇ ਨੇ,